ਅਸਲਾਮ ਵਾਲੇਕਮ ਦੋਸਤੋ ਜੈਸਰਾਹ ਕੇ ਖਬਰਾਂ ਉਡੀਆਂ ਨੇ ਪੀਟੀਆਈ ਦੀ ਹਕੂਮਤ ਜਾਣ ਵਾਲੀ ਏ ਠੀਕ ਏ ਚਲੋ ਜਾਣੀ ਏ ਜਾਂ ਨਹੀਂ ਜਾਣੀ ਇਹਦਾ ਮੈਨੂੰ ਨਹੀਂ ਪਤਾ ਪਰ ਮੇਰੀ ਮਸਲਾ ਇੱਕ ਹੋਰ ਸੀ ਪਿਛਲੀਆਂ ਹਕੂਮਤਾਂ ਜਿਸ ਵੇਲੇ ਜਾਂਦੀਆਂ ਸਨ ਜਨਾਬ ਆਪਣਾ ਨੂਨ ਲਿਗ ਗਈ ਪੀਪਲ ਪਾਰਟੀ ਆ ਗਈ ਉਹਨਾਂ ਰੋਲਾ ਪਾ ਦਿੱਤਾ ਪੀਪਲ ਪਾਰਟੀ ਵਾਲੇ ਰੁੱਟ ਕੇ ਖਾ ਗਏ ਨੇ ਬਾਮ ਸਾਰੀ ਪੀਪਲ ਪਾਰਟੀ ਨੂੰ ਗਾਲਾਂ ਕੱਢਣ ਲੱਗ ਪਏ ਠੀਕ ਹੈ ਜੀ ਜ਼ਿਆਦਾਤਰ ਬੰਦੇ ਇਸ ਤਰ੍ਹਾਂ ਗੱਲ ਲੈਂਦੇ ਆ ਠੀਕ ਹੈ ਫਿਰ ਜੀ ਪੀਪਲ ਪਾਰਟੀ ਗਈ ਨੌਨ ਲੀਕ ਆ ਗਈ ਅਸੀਂ ਜਨਾਬ ਸਾਰੇ ਰਲ ਮਿਲ ਕੇ ਨੌਨ ਲੀਕ ਨੂੰ ਗਾਲਾਂ ਕੱਢਣ ਲਾ ਪੇ ਫਿਰ ਮੁਸ਼ਰਫ ਸਾਹਿਬ ਆ ਗਏ ਜਦੋਂ ਮੁਸ਼ਰਫ ਸਾਹਿਬ ਆ ਗਏ ਤੇ ਜਨਾਬੇ ਆਲੀ ਉਹ ਉਹਨਾਂ ਦੇ ਦੁਆਲੇ ਅਸੀਂ ਹੋ ਗਏ ਗਾਲਾਂ ਛਾਲਾਂ ਕੱਢ ਕੇ ਉਹਨਾਂ ਆਈ ਪੀਟੀ ਆਈ ਨਾਲ ਸਾਰੇ ਜਿਹੜੇ ਨੇ ਪੀਪਲ ਪਾਰਟੀ ਵਾਲੇ ਜਿਹੜੇ ਇਹ ਉਹ ਨੌਨਲੀ ਕਾਲੇ ਉਹ ਸਾਰੇ ਉਸ ਵਲੇ ਮੁਸ਼ਰਫ ਸਾਹਿਬ ਨੂੰ ਗਾਲਾਂ ਸ਼ਾਲਾਂ ਕੱਢਦੇ ਸਨ ਉਹਨਾਂ ਦੇ ਖਿਲਾਫ ਜਲੂਸ ਤੇ ਇਹ ਤੇ ਉਹ ਸਾਰਾ ਕੁਝ ਹੁੰਦਾ ਰਿਹਾ ਠੀਕ ਹੈ ਉਹਨ ਪੀਟੀਆਈ ਦੇ ਖਿਲਾਫ ਹੋ ਰਿਹਾ ਹੈ ਵਾਮ ਪੀਟੀਆਈ ਨੂੰ ਗਾਲਾਂ ਕੱਢ ਰਹੀ ਹੈ ਆਪੋਜੀਸ਼ਨ ਵੀ ਸਾਰੀ ਇਹਨੂੰ ਗਾਲਾਂ ਕੱਢ ਰਹੀ ਹੈ ਪੀਪਲ ਪਾਰਟੀ ਇਹ ਉਹ ਪੀਟੀਐਮ ਮੌਲਾਨਾ ਸਾਹਿਬ ਸਾਰੇ ਗਾਲਾਂ ਕੱਢ ਰਹੇ ਨੇ ਉਹਨ ਪੀਟੀਆਈ ਨੂੰ ਠੀਕ ਹੈ ਇਹਨਾਂ ਦੇ ਰਹਿ ਗਨੇ ਲਾਲਾ ਕਰਦੇ ਸਾਲ ਸਵਾ ਸਾਲ ਰਹਿ ਗਿਆ ਇਹਨਾਂ ਦਾ ਰਹਿਣਾ ਹੈ ਜਾਂਣਾ ਜੇ ਉਹ ਚਲੇ ਜਾਂਦੇ ਨੇ ਤੇ ਫਿਰ ਜਨਾਬ ਗਾਲਾਂ ਤੇ ਇਹਨਾਂ ਨੂੰ ਹੁਣ ਵੀ ਪੈ ਰਹੀਆਂ ਨੇ ਰੱਜ ਕੇ ਪੈ ਰਹੀਆਂ ਨੇ ਠੀਕ ਹੈ ਜਿਹੜਾ ਉਹ ਨਹੀਂ تسلیم ਕਰਦੇ ਉਹਨਾਂ ਨੂੰ ਜਾਂ ਨਹੀਂ ਪਤਾ ਪਰ ਗਾਲਾਂ ਤੇ ਇਹਨਾਂ ਨੂੰ ਰੱਜ ਕੇ ਪੈ ਰਹੀਆਂ ਨੇ ਮੇਰੇ خیال ਨਾਲ ਕਿਸੇ ਨੂੰ ਇਹ ਨਹੀਂਆਂ ਨਹੀਂ ਪਹਿਣੀਆਂ ਹੋਣੀਆਂ ਜਿਨੀਆਂ ਇਹਨਾਂ ਨੂੰ ਗਾਲਾਂ ਪੈ ਰਹੀਆਂ ਨੇ ਠੀਕ ਹੈ ਹੁਣ ਅਗਲੀ ਕੋ ਮਜਿਸਵਲੇ ਆਵੇਗੀ ਉਹ ਇਹਨਾਂ ਨੂੰ ਪਿੱਟੇਗੀ ਜੇ ਇਹਨਾਂ ਦੀ ਹਕਮਤ ਨਾ ਹੋਈ ਉਹ ਇਹਨਾਂ ਨੂੰ ਪਿੱਟੇਗੀ ਜੀ ਇਹ ਖਾ ਪੀ ਗਏ ਇਹ ਉਹ ਤੇ ਅਸੀਂ ਸਾਰੇ ਨਾਲ ਪਲ ਕੇ ਫਿਰ ਉਸ ਹਕਮਤ ਨੂੰ ਜਿਹਦੀ ਹੋਵੇਗੀ ਉਹਨੂੰ ਗਾਲਾਂ ਕੱਢਾਂਗੇ ਕਿ ਉਹ ਕਰਗੇ ਹੁਣ ਅੱਲਾ ਹੀ ਬਿਹਤਰ ਜਾਣਦਾ ਕਿਨੂੰ ਗਾਲਾਂ ਪੈਣੀਆਂ ਨੇ ਚਲੋ ਸਾਰੇ ਭਰਾ ਅੱਲਾ ਪਾਗ ਸਾਰਿਆਂ ਨੂੰ ਸਿਹਤ ਤੰਦਰੁਸਤੀ ਦੇ ਤੇ ਅਸੀਂ ਵੇਖੀਏ ਕਿ ਅੱਗੋਂ ਗਾਲਾਂ ਕਿੰਨੇ ਖਾਣਾ ਹੈ ਕਿੰਨੇ ਆਉਣੀਆਂ ਨੇ ਤੇ ਕਿੰਨੇ ਗਾਲਾਂ ਖਾਣੀਆਂ ਨੇ ਓਕੇ ਜੀ ਅੱਲਾ ਹਾਫਿਜ਼